खालसा श्री वाहिगुरु जी फतेह। दोस्तों अज असीं जो अपने दिल्ली दे विच किसानी छे महीने हो गए संघर्ष चली जांदे नूं जो दे संबंध दे विच इक साडा नौजवान भरा जो लखा सधाणा है शुरू तों ही उह पहलां तों ही असल विच तां किसानी मुद्दे तों भी पहलां उहने बहुत सारे मुद्दे चक्के पाणियां दा मुद्दा पंजाबी दा मुद्दा हमेशा साडे लोकां लई लड़दा उह साडे लई लड़दा साडे लई मरदा है। हुण उहदे उत्ते थोड़े समय पहले आपां नूं पता कि दिल्ली पुलिस ने उहदे उत्ते परचा दित्ता ते हुण की करदा अपना भरा कल्ले कल्ले पिंड दे विच जाके नौजवानां नूं सारे पंजाब वासियां नूं किसानी मोर्चे नूं सफल बनाउण वास्ते उत्थे इकट्ठ वधाउण वास्ते लोकां नूं लामबंद करदा फिरदा। पिछले दिनी उह संगरूर दे किसी पिंड दे विच गया सी जिथे पंजाब पुलिस ने भारी फोर्स ने आके उत्थे ड्राउन ते धमकाउण दा काम कीता उहनूं अरैसट करन दा काम कीता। उत्थे असीं कड़ी निंदिया करदे आ कि इह बहुत घिनौनी हरकत है क्योंकि पंजाब सरकार नूं असीं कहना चाहुंदे आ कैप्टन अमरिंदर सिंह नूं कहना चाहुंदे आ कि जे तुसीं ऐदां नौजवानां दी आवाज़ दबावोंगे किसानां दे नाल जिहड़े नौजवान उठ के तुरन नूं तैयार ने अज्ज उहनां नूं असीं नाल लै के जाण दी गल करदे आ। तुसीं नौजवानां नूं डराउण दा काम करोगे तां आउण वाले समें दे विच वध चढ़ के नौजवान उत्थे हिस्सा लैणगे ते मेरी दुबारा फिर पंजाब सरकार नूं हत्थ बन्न के बेनती है कैप्टन अमरिंदर सिंह नूं जे लखे ते कोई आंच हुंदी है आउण वाले समें दे विच असीं लखे नूं बरनाले जिले दे विच सद के पिंड पिंड लै के जावांगे। जे लखे नूं पंजाब पुलिस अरैसट करन दी गल करदी है तां असीं रोड़ा जाम कचहरियां च धरने प्रदर्शन करांगे बरनाला वासियां वल्लों। मैं हत्थ बन्न के दुबारा बेनती करदा पंजाब सरकार नूं कि दिल्ली पुलिस दा मसला है उन्होंने परचा दिता होया ਤੁਸੀਂ ਸਮਾਂ ਦੀ ਸਾਡੀ ਨੌਜਵਾਨਾਂ ਦੀ ਮਦਦ ਕਰੋ ਪੰਜਾਬ ਸਰਕਾਰ ਮਦਦ ਕਰੇ ਮਦਦ ਕਰਨ ਦੀ ਬਜਾਏ ਤੁਸੀਂ ਸਾਡੇ ਨੌਜਵਾਨਾਂ ਨੂੰ ਡਰਾ ਧਮਕਾ ਰਹੇ ਹੋ। ਸੋ ਮੇਰੀ ਹੱਥ ਬੰਨ ਕੇ ਬੇਨਤੀ ਹੈ ਜੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਸੰਗਰੂਰ ਕਿਸੇ ਪਿੰਡ ਦੇ ਵਿੱਚ ਤੁਸੀਂ ਪੁਲਿਸ ਲਾਈ ਜੇ ਇੱਦਾਂ ਕਿਤੇ ਹੋਰ ਲਾਈ ਆ ਤਾਂ ਅਸੀਂ ਸਮੁੱਚਾ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਨੌਜਵਾਨ ਇਕੱਠੇ ਹੋ ਕੇ ਮੋਢੇ ਨਾਲ ਮੋਢਾ ਲਾ ਕੇ ਲੱਖੇ ਦੇ ਨਾਲ ਤੁਰਾਂਗੇ ਆਪਦੇ ਜ਼ਿਲ੍ਹੇ 'ਚ ਵੀ ਲੈ ਕੇ ਆਵਾਂਗੇ। ਜੇ ਕਿਸੇ ਨੇ ਵੀ ਉਹਨੂੰ ਅਰੈਸਟ ਕਰਨ ਦੀ ਗੱਲ ਕੀਤੀ ਤਾਂ ਅਸੀਂ ਰੋੜਾ ਜਾਮ ਕਰਾਂਗੇ ਚਾਹੇ ਸਾਨੂੰ ਕੋਈ ਵੀ ਸੰਘਰਸ਼ ਵਿੱਢਣਾ ਪੈ ਜੇ ਉਸ ਨੌਜਵਾਨ ਸਾਥੀ ਦੇ ਹੱਕ ਦੇ ਵਿੱਚ ਤਾਂ ਅਸੀਂ ਵਿੱਢਾਂਗੇ। ਇਹੀ ਬਾਈ ਸਾਜ ਵੀ ਆ ਦੁਬਾਰੇ ਜੋ ਕਹਿਣ ਉੱਥੇ ਸਾਜ ਵੀ ਹੋਇਆ ਧਰਨਾ ਲੱਗਿਆ ਹੈਗਾ ਥਾਣੇ ਦੇ ਮੂਹਰੇ। ਇਹ ਇੱਥੇ ਵੀ ਜੇ ਪ੍ਰਸ਼ਾਸਨ ਰੱਖੇ ਪ੍ਰੋਗਰਾਮਾਂ ਦੇ ਵਿੱਚ ਡਿੱਕਾ ਖੜਾ ਕਰੂਗਾ ਤਾਂ ਹੀ ਅਸੀਂ ਵਿਰੋਧ ਕਰਾਂਗੇ। ਜੋ ਕੰਮ ਸਾਜ ਵੀ ਹੋਇਆ ਉਹ ਹਰੇਕ ਪਿੰਡ ਦੇ ਵਿੱਚ ਹੋਊਗਾ ਜੇ ਲੱਖੇ ਨੂੰ ਫੜਿਆ ਜਾਊ ਤੇ ਪ੍ਰੋਗਰਾਮਾਂ ਦੇ ਵਿੱਚ ਢਾਹ ਲਾਈ ਜਾਊਗੀ ਕਿਉਂਕਿ ਉਹ ਸਾਡਾ ਭਰਾ ਜਿਹੜਾ ਆਪਦੇ ਘਰ ਲਈ ਨਹੀਂ ਫਿਰਦਾ ਅੱਜ ਆਪਦਾ ਘਰ ਛੱਡੀ ਫਿਰਦਾ ਉਹ ਸਾਡੇ ਲੋਕਾਂ ਲਈ। ਲੋਕਾਂ ਨੂੰ ਵੀ ਚਾਹੀਦਾ ਕਿ ਵੱਧ ਤੋਂ ਵੱਧ ਉਹਦੀ ਮਦਦ ਕਰਨੀ ਚਾਹੀਦੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਜੇ ਇੱਥੇ ਦਬਾਇਆ ਜਾਂਦਾ ਤਾਂ ਸਾਡੇ ਲਈ ਕਿਸੇ ਨੇ ਹਾਦਾ ਨਾਰਾ ਨਹੀਂ ਮਾਰਨਾ। ਸੋ ਅੱਜ ਜਿਹੜਾ ਸਾਡੇ ਲਈ ਲੜਦਾ ਮਰਦਾ ਸਾਨੂੰ ਉਹਦੀ ਪਿੱਠ ਤੇ ਖੜੇ ਹੋਣ ਦੀ ਲੋੜ ਹੈ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਨੌਜਵਾਨ ਏਕਤਾ ਜਿੰਦਾਬਾਦ, ਲੱਖਾਂ ਸਧਾਣਾ ਜਿੰਦਾਬਾਦ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਅਸੀਂ ਪੰਜਾਬ ਦੇ ਬਹੁਤ ਸੋਹਣੇ ਪਿੰਡ ਚੱਕਰ ਦੇ ਵਿੱਚ ਖੜੇ ਹਾਂ ਤੇ ਚੱਕਰ ਦੇ ਸਾਰੇ ਨੌਜਵਾਨ ਭਰਾ ਵਾ। ਅਸੀਂ ਕਿਸਾਨ ਮਜ਼ਦੂਰ ਏਕਤਾ ਨਾਲ ਪਹਿਲੇ ਦਿਨ ਤੋਂ ਖੜੇ ਸੀ, ਜਿਹੜਾ ਸਾਂਝਾ ਸੰਘਰਸ਼ ਚੱਲਦਾ ਉਹਦੇ ਨਾਲ ਅੱਜ ਵੀ ਖੜੇ ਹਾਂ। ਪਰ ਕੁਛ ਗੱਲਾਂ ਹੁਣ ਹੋ ਰਹੀਆਂ ਪੰਜਾਬ 'ਚ, ਜਿਵੇਂ ਕਿਸੇ ਨੌਜਵਾਨ ਆਗੂ ਦੀ ਗ੍ਰਿਫਤਾਰੀ ਦੀ ਗੱਲ ਚੱਲਦੀ ਹੈ, ਜਿਵੇਂ ਵੀਰ ਲੱਖੇ ਸੁਧਾਣੇ ਦੀ ਗੱਲ ਚੱਲੀ ਸੀ ਜਾਂ ਕੋਈ ਜਥੇਬੰਦੀਆਂ ਦਾ ਆਗੂ ਆ, ਜੇ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਅਜਿਹੀ ਕੋਈ ਕਾਰਵਾਈ ਕਰੂਗੀ ਸਾਰੇ ਪੰਜਾਬ ਵੱਲੋਂ ਸਾਰੇ ਨੌਜਵਾਨਾਂ ਵੱਲੋਂ ਇਹਦਾ ਡਟ ਕੇ ਵਿਰੋਧ ਕੀਤਾ ਜਾਊਗਾ। ਤੇ ਜਿਹੜੇ ਲੀਡਰ ਨੇ ਇਹਨਾਂ ਨੂੰ ਪਿੰਡਾਂ 'ਚ ਵੜਨ ਨਹੀਂ ਦੇਵਾਂਗੇ। ਅਸੀਂ ਕਿਸਾਨ ਮਜ਼ਦੂਰ ਏਕਤਾ ਦੇ ਜਿਹੜੇ ਸਾਡੇ ਵੀਰ ਭਰਾ ਦਿੱਲੀ ਬਾਰਡਰਾਂ ਦੇ ਬੈਠੇ ਉਹਨਾਂ ਨੇ ਤਾਂ ਮੋਦੀ ਨੂੰ ਵਖਤ ਪਾ ਰੱਖਿਆ, ਮੋਦੀ ਨਹੀਂ ਚੈਨ ਦੀ ਨੀਂਦ ਸੌਂਦਾ ਹੋਊਗਾ ਕਿਉਂਕਿ ਅਸੀਂ ਉਹਦੇ ਦਰ ਤੇ ਉਹਦੇ ਦਰਵਾਜ਼ੇ ਦੇ ਬੈਠੇ ਹਾਂ। ਤੇ ਸਾਡੇ ਪੰਜਾਬ ਦੇ ਵਿੱਚ ਜੇ ਤੁਸੀਂ ਕਿਸੇ ਨੌਜਵਾਨ ਆਗੂ ਜਿਵੇਂ ਲੱਖਾਂ ਸੁਧਾਣਾ ਵੀਰਾ ਜਾਂ ਹੋਰ ਵੀ ਕਿਸੇ ਦੀ ਗ੍ਰਿਫਤਾਰੀ ਪਾਓਗੇ ਤਾਂ ਅਸੀਂ ਤੁਹਾਡੇ ਦਰਾਂ 'ਚ ਆਉਣਾ ਸਾਨੂੰ ਸੌਖਾ, ਜਾਂ ਉਹ ਪੰਜਾਬ ਪੁਲਿਸ ਹੋਵੇ ਜਾਂ ਉਹ ਸਰਕਾਰ ਹੋਵੇ। ਸੋ ਅਸੀਂ ਇਹ ਨਿਮਰਤਾ ਸਿਰ ਬੇਨਤੀ ਕਰਦੇ ਹਾਂ ਵੀ ਕੋਈ ਐਸੀ ਅਜਿਹੀ ਕਾਰਵਾਈ ਨਾ ਕਰੋ ਜਿਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋਵੇ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਲੱਖਾਂ ਸੁਧਾਣਾ ਜਿੰਦਾਬਾਦ, ਲੱਖਾਂ ਸੁਧਾਣਾ ਜਿੰਦਾਬਾਦ। ਹੋਰ ਬਾਈ ਕੋਈ? ਅਸੀਂ ਸਾਰਾ ਪਿੰਡ ਲੱਖੇ ਸੁਧਾਣੇ ਨਾਲ ਖੜੇ ਸੀ, ਖੜੇ ਆ, ਖੜੇ ਰਵਾਂਗੇ। ਓਕੇ ਜੀ।